ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸਮਾਗਮ ਅੱਜ ਜਲੰਧਰ ਛਾਉਣੀ ਵਿਖੇ ਸਥਿਤ ਦੁਸਹਿਰਾ ਮੈਦਾਨ ਵਿੱਚ ਸ੍ਰੀ ਰਾਮਲੀਲਾ ਕਮੇਟੀ ਜਲੰਧਰ ਛਾਉਣੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਜਲੰਧਰ ਛਾਉਣੀ ਦੇ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੂੰ ਵਧਾਈ ਦਿੰਦੇ ਹੋਏ ਹਮੇਸ਼ਾ ਹੀ ਪ੍ਰਭੂ ਸ੍ਰੀ ਰਾਮ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ਼ ਲੜਾਈ ਲੜਨੀ ਚਾਹੀਦੀ ਹੈ ਤੇ ਲੋੜਵੰਦ ਤੇ ਸੱਚੇ ਵਿਅਕਤੀਆਂ ਦਾ ਸਾਥ ਦਿੰਦੇ ਰਹਿਣਾ ਚਾਹੀਦਾ ਹੈ। ਸਾਰੇ ਪੂਰੇ ਵਿਸ਼ਵ ਭਰ ਵਿੱਚ 19 ਤਰੀਕ ਨੂੰ ਮਨਾਇਆ ਜਾ ਰਿਹਾ, ਕੈਂਟ ਵਿੱਚ 18 ਤਰੀਕ ਨੂੰ ਕਿਉਂ ਮਨਾਇਆ ਜਾ ਰਿਹਾ? ਇਸਕੇ ਲਈ ਹਮਨੇ ਪੂਰਾ ਪ੍ਰਯਾਸ ਕੀਆ, ਹਮ ਦੁਰਗਿਆਨਾ ਮੰਦਿਰ ਗਏ, ਹਮ ਦੇਵੀ ਤਲਾਬ ਮੰਦਿਰ ਗਏ, ਉਧਰ ਜਾ ਕੇ ਉਨਕੇ ਕੈਲੰਡਰ ਦੇਖੇ, ਉਨਸੇ ਪੁੱਛਾ, ਉਨਸੇ ਬਾਤ ਕੀ, ਉਨ੍ਹੋਂਨੇ ਕਿਹਾ ਕਿ ਜੇ 12 ਵਜੇ ਤੱਕ ਜੇ ਨੌਵੀਂ ਹੈ, 12 ਵਜੇ ਕੇ ਬਾਅਦ 10ਵੀਂ ਲੱਗ ਜਾਣੀ ਹੈ, ਔਰ ਅਗਲੇ ਦਿਨ ਪੈਂਚ ਕੇ 19 ਤਰੀਕ ਕੋ ਪੈਂਚ ਕੇ ਲੱਗ ਜਾਣੀ ਹੈ। ਇਸ ਲਈ ਹਮ ਥੋੜਾ ਸੋਚਤੇ ਹੋਏ, ਵਿਚਾਰ ਕਰਤੇ ਹੋਏ, ਇਸ ਲਈ ਹਮਨੇ ਜੇ 18 ਤਰੀਕ ਕੋ ਮਨਾਇਆ, ਹਾਲਾਂਕਿ ਛੁੱਟੀ 19 ਤਰੀਕ ਕੀ ਥੀ, ਲੇਕਿਨ ਹਮ ਇਸ ਚੀਜ਼ ਕੀ ਪਰਵਾਹ ਨਾ ਕਰਤੇ ਹੋਏ ਇਸੇ ਧਾਰਮਿਕ ਰੀਤੀ ਰਿਵਾਜ਼ ਸੇ ਹੀ ਮਨਾਨੇ ਕੀ ਕੋਸ਼ਿਸ਼ ਕੀ ਹੈ, ਔਰ ਮੈਂ ਸਮਝਤਾ ਹੂੰ ਕਿ ਲੋਕ ਇਸਮੇ ਮੇਰਾ ਸਹਿਯੋਗ ਦੇਂਗੇ।